एक बेटे वालों अपने ही पिता नूं मार के लाश दरिया दे विच सुट्टन दा मामला सामने आया, जिस तों बाद बेटे वालों अपने पिता की गुमशुदगी की रिपोर्ट जिहड़ी है थाने दे विच करवा दित्ती गई सी। मामला जिहड़ा मामला पट्टी दे पिंड धनागे दा है, जिथे कि एक बेटे वालों जिहड़ी है अपने पिता प्रताप सिंह नूं मार के कतल करके उसकी लाश जिहड़ी है ब्यास दरिया दे विच सुट सी, जिस तों बाद पुलिस नूं गुमशुदगी की रिपोर्ट करवाई गई सी। रिश्तेदारां दा कहना है कि उसके बेटा प्रताप सिंह के बेटा तो बेटी जड़े ने काफ़ी समय तो प्रताप सिंह नूं मारना चाहते सी, जदों उन्होंने प्रताप सिंह की गुमशुदगी बारे पता लगा तो उन्होंने पुलिस नूं इस गल तो जड़ा जाणू करवाया, जिस तों बाद पुलिस वालों बेटे सुरेंद्र सिंह नूं हिरासत दे विच लैके पुछगिछ की गई। पुछगिछ दे विच बेटे वालों मनिया गया कि उसने ही अपने बाप का कतल करके जिहड़ी है लाश दरिया दे विच सुट दित्ती है। पुलिस वालों सर्च अभियान चला के जिहड़ी है लाश दरिया दे विचों बरामद कर ली गई है। काफ़ी लाश जिहड़ी है काफ़ी खराब हो गई, दस दी कुत्तियां वालों उसनूं नोच नोच के जिहड़ा खराब कर दिता गया। घटना जिहड़ी है पट्टी दे पिंड धनागे दी है, जिथे कि एक बेटे वालों अपने ही पिता नूं मार के जिहड़ी है लाश दरिया दे विच सुट दित्ती गई है। तुसीं वी सुनो जिहड़े मृतक दे रिश्तेदार ने उन्हां दा की कहना है। मेरा नाम सुखराज है। ते वीरे जिहड़ी दरिया तों लाश लभी है कौन ने व्यक्ति तुहाडे इह मेरे मामा जी ने जी। ते की गल होई है जी? इह घरे कोई कलेश कलूश ही पिया जी इन्हां नाल। ਇਹ ਪਹਿਲਾਂ ਵੀ ਮਾਰਨ ਦੇ ਹੁੰਦੇ ਸੀ ਮੇਰੇ ਨਾਨੀ ਜੀ, ਪਹਿਲਾਂ ਵੀ ਇੱਕ ਵਾਰੀ ਆਏ ਸੀ, ਇਹਨਾਂ ਫਾਹ ਦਿੱਤਾ ਹੋਇਆ ਸੀ ਮੇਰੇ ਨਾਨੀ ਨੇ ਕੁਛ ਛਡਾਇਆ ਸੀ ਇਹਨਾਂ ਨੂੰ, ਫਾਹ ਦਿੱਤਾ ਹੋਇਆ ਸੀ ਗਲੇ 'ਚ। ਕੌਣ ਮਾਰਨਾ ਚਾਹੁੰਦੇ ਸੀ? ਇਹਨੇ ਇਹਨਾਂ ਦੇ ਬੇਟਾ ਧਰਮਿੰਦਰ, ਇੱਕ ਕੁੜੀ ਇਹਨਾਂ ਦੀ ਬੱਬੂ, ਤੇ ਜਿਹੜੀ ਮਾਮੀ ਸਾਡੀ ਗੁਰਜੀਤ। ਕੋਈ ਕਾਰਨਾ ਦਾ ਪਤਾ ਕਾਹਤੋਂ ਮਾਰਨਾ ਚਾਹੁੰਦੇ? ਬਸ ਇਹੀ ਕੰਜਰ ਕਲੇਸ਼ ਕਿ ਸਾਡੇ ਹੱਥ ਸਾਰਾ ਕੁਛ ਆ ਜਾਏ, ਜੋ ਵੀ ਸਾਡਾ ਹੀ ਹੋ ਜਾਏ, ਕਿ ਸਾਡੇ ਨਾਲ ਲੜਦਾ ਫਲਾਨਾ ਢਮਕਾਨਾ, ਮਾੜੀ ਮੋਟੀ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਪੈਂਦੀ ਹੈ ਇਹਨਾਂ ਕਰੇ। ਇਹ ਸਾਬਕਾ ਫੌਜੀ ਵੀ ਸੀ? ਹਾਂਜੀ, ਰਿਟਾਇਰਮੈਂਟ ਫੌਜੀ ਸੀ, ਜੀਓ ਜੀ 'ਚ ਕੰਮ ਕਰਦੇ ਸੀ। ਤੇ ਹੁਣ ਕਿਸ ਤਰ੍ਹਾਂ ਦੀ ਲਾਸ਼ ਕਿਸ ਤਰ੍ਹਾਂ ਦੀ ਮਿਲੀ ਇਹਨਾਂ ਨੂੰ? ਮਾਰ ਮੂਰ ਕੇ ਖੁਰਦਪੁਰ ਦੇ ਕੀਤਾ ਤੇ ਲਾਸ਼ ਹੁਣ ਨਾਲ ਇੱਕ ਨਾਲ ਇਹਨਾਂ ਦੇ ਮਾਮਾ ਜੀ, ਜਿੱਥੋਂ ਤੱਕ ਸਾਨੂੰ ਹੁਣ ਮੈਂ ਤਾਂ ਹੁਣ ਆਇਆ, ਜਿੱਥੋਂ ਤੱਕ ਸਾਨੂੰ ਇਹ ਮਾਮੇ ਮਾਮੇ ਵੀ ਨਾਲ ਨੇ, ਨਾਲ ਮਾਮੇ ਦਾ ਮੁੰਡਾ ਵੀ ਹਰਪ੍ਰੀਤ ਮੁੰਡੇ ਦਾ ਨਾਂ ਹੈ, ਉਹ ਵੀ ਨਾਲ ਇਨਵੋਲਵ ਹੈ, ਸਾਰੇ ਨਾਲ ਨਾਨਕਾ ਨਾਨਕੇ ਜਿੰਨੇ ਦੋਵੇਂ ਮਾਮੇ ਵੀ ਇਨਵੋਲਵ ਨੇ ਸਾਰੇ, ਤੇ ਸਾਰਾ ਲਾਣਾ ਬਣਾ ਸਾਰੇ ਇਨਵੋਲਵ, ਸਾਰਿਆਂ ਨੇ ਮਾਰ ਕੇ ਸਭਰਾਵਾਂ ਤੋਂ ਲਿਆ ਕੇ ਇਹ ਉਤੋਂ ਕੋਟ ਬੁਢਾ ਰੋਡ ਥਾਣੀ ਸਭਰਾਵਾਂ ਤੋਂ ਲਿਆ ਕੇ, ਸਭਰਾਵਾਂ ਪਿੰਡ ਨਾਲ ਲੱਗਦਾ ਦਰਿਆ ਦੇ, ਉੱਥੋਂ ਲਿਆ ਕੇ ਉੱਥੋਂ ਜਾ ਕੇ ਇਹਨਾਂ ਨੇ ਸੱਟਿਆ ਦਰਿਆ ਵਿੱਚ, ਦਰਿਆ ਲੈ ਕੇ ਦਰਿਆ ਦੇ। ਕੀ ਮੰਗ ਕਰਦੇ ਹੁਣ ਪੁਲਿਸ ਪ੍ਰਸ਼ਾਸਨ? ਪੂਰੀ ਮੰਗ ਕਰਦੇ ਕਿ ਚੰਗੀ ਤਰ੍ਹਾਂ ਕਾਰਵਾਈ ਹੋਵੇ, ਕਾਨੂੰਨੀ ਕਾਰਵਾਈ, ਇਨਸਾਫ ਮਿਲੇ ਉਸ ਬੰਦੇ ਨੂੰ, ਕਿ ਨਿਆਂ ਪਸੰਦ ਇਨਸਾਨ ਸੀ ਪਿੰਡ ਦਾ, ਉਹ ਕਿਸੇ ਦਾ ਬੁਰਾ ਨਹੀਂ ਕਰਦਾ, ਉਹ ਸਾਬਕਾ ਫੌਜੀ ਸੀ, ਆਰਮੀ ਮੈਨ ਬੰਦਾ, ਇਨਸਾਫ ਜ਼ਰੂਰ ਚਾਹੀਦਾ। ਪੁਲਿਸ ਨੇ ਕੋਈ ਬੰਦਾ ਵੀ ਗ੍ਰਿਫਤਾਰ ਕੀਤਾ ਕਿ ਨਹੀਂ? ਜਿਨ੍ਹਾਂ ਨੇ ਕੀਤੀ ਕਾਰਵਾਈ, ਹਜੇ ਕੋਈ ਤਿੰਨ ਫਿਲਹਾਲ ਜਿਨ੍ਹਾਂ ਦੇ ਸ਼ੱਕ ਸੀ ਜਿਹੜੇ ਕਰਦੇ ਉਹਨਾਂ ਨੂੰ ਤੇ ਰੱਦ ਲਿਆ ਹੋ ਜਾਂਦਾ। ਇਹ ਸਰ ਇੱਕ ਜਿਹੜੀ ਆ ਹੁਣ ਦਰਿਆ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ, ਤੇ ਕੀ ਮਾਮਲਾ ਸਾਰਾ ਤੇ ਕੀ ਨਾਂ ਹੀ ਵਿਅਕਤੀ ਦਾ ਇਹਦਾ ਜੀ? ਇਹਦਾ ਨਾਮ ਪ੍ਰਤਾਪ ਸਿੰਘ ਸੀਗਾ। ਸਾਡੇ ਕੋਲ 4 ਦਿਨ ਪਹਿਲਾਂ ਇੱਕ ਗੁੰਮਸ਼ੁਦਗੀ ਦੀ ਰਿਪੋਰਟ ਆਈ ਸੀਗੀ ਥਾਣੇ, ਤੇ ਇਹਨਾਂ ਦੇ ਘਰ ਦੇ ਕਹਿ ਰਹੇ ਸੀ ਸਾਡਾ ਪਰਿਵਾਰਕ ਮੈਂਬਰ ਚਲਾ ਗਿਆ ਹੋਇਆ, ਹਾਲੇ ਤੱਕ ਲੱਭਾ ਨਹੀਂ ਹੈਗਾ, ਅਸੀਂ ਗੁੰਮਸ਼ੁਦਗੀ ਰੱਖ ਕੇ ਅਤੇ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ। ਅੱਜ ਸਾਡੇ SHO ਸਦਰ ਨੇ ਥੋੜ੍ਹਾ ਜਿਹਾ ਪੁੱਛਗਿੱਛ ਕੀਤੀ ਤਰੀਕੇ ਨਾਲ, ਅਤੇ ਥੋੜ੍ਹਾ ਜਿਹਾ ਸਾਨੂੰ ਕਲਿਊ ਮਿਲਿਆ। ਅਸੀਂ ਬਾਅਦ 'ਚੋਂ ਉਹਦੇ ਘਰਦਿਆਂ ਨੂੰ ਲੈ ਕੇ ਇੱਥੇ ਆਏ ਹਾਂ, ਇੱਥੇ ਆ ਕੇ ਜਦੋਂ ਦੇਖਿਆ ਸਾਨੂੰ ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ ਡੈੱਡ ਬੋਡੀ ਰਿਕਵਰ ਹੋਈ ਆ, ਅਤੇ ਹੁਣ ਘਰਦਿਆਂ ਦਾ ਹੀ ਇਨਵੋਲਵਮੈਂਟ। ਇਹ ਕਿੰਨੇ ਮਾਰਿਆ ਜੀ ਇਹਨਾਂ ਨੂੰ? ਇਹ ਘਰਦਿਆਂ ਦੇ ਵਿੱਚ ਦੀ ਆ, ਬਾਕੀ ਕਰਦੇ ਸਾਡੇ। ਬੇਟੇ ਦਾ ਕੀ ਨਾਂ ਸੀਗਾ ਜੀ? ਬੇਟੇ ਦਾ ਨਾਮ, ਬੇਟੇ ਦਾ ਨਾਮ ਕੀ ਸੀ? ਸੁਰਿੰਦਰ ਸਿੰਘ। ਸੁਰਿੰਦਰ ਸਿੰਘ, ਉਹਨਾਂ ਵੱਲੋਂ ਸ਼ਨਾਖਤ ਕਰਾਈ ਗਈ ਹੈ ਜੀ? ਹਾਂਜੀ ਹਾਂਜੀ ਹਾਂਜੀ, ਸ਼ਨਾਖਤ ਇਹਦਾ ਮੋਬਾਈਲ ਇੱਕ ਮਿਲ ਗਿਆ ਸਾਨੂੰ ਇੱਥੇ। ਇਹ ਕਿਹੜੇ ਪਿੰਡ ਤੋਂ ਹੈ ਵਿਅਕਤੀ? ਪੰਗਾਲੇ ਤੋਂ। ਤਗਾਣੇ ਤੋਂ? ਹਾਂਜੀ ਹਾਂਜੀ।